ਗੁਰਦੁਆਰਾ ਪਾਸੋਂ ਹੀ ਲੈ ਕੇ ਛਕੋ ਜੀ। ਕਹਿਣ ਜੋਗਾ ਤਾਂ ਬੰਦਾ ਰਹਿੰਦਾ ਹੀ ਨਹੀਂ ਕੁਛ ਜੀ, ਸਭ ਕੁਛ ਬਾਬਾ ਜੀ ਦੀ ਕਿਰਪਾ ਇੰਨੀ ਆ, ਫੈਮਲੀ ਅਤੇ ਸਾਡੀ ਮਾਨਸੀ ਨੇ ਮੰਨਤ ਮੰਗੀ ਸੀਗੀ, ਸੁੱਖਣਾ ਸੁੱਖ ਆਏ ਹਾਂ ਅਤੇ ਬਸ ਕਿਰਪਾ ਕਰਨ ਬਾਬਾ ਜੀ ਵਿਦਾਨ ਅਤੇ ਆਪਣਾ ਆਸ਼ੀਰਵਾਦ ਦੇਣ। ਤੁਹਾਡੀ ਫਿਲਮ ਆ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਫਿਲਮ ਦਾ ਕੋਈ ਕਰਨ ਹੀ ਨਹੀਂ ਆਏ ਕੁਛ ਜੀ, ਫਿਲਮਾਂ ਸਾਈਡ 'ਤੇ ਇੱਥੇ ਕੰਮ ਨਹੀਂ ਕਰਨ ਆਈ ਦਾ, ਇੱਥੇ ਸਿਰਫ ਬਾਬਾ ਜੀ ਦਾ ਦਰਸ਼ਨ ਕਰਨ ਆਇਆ, ਉਹਨਾਂ ਦਾ ਆਸ਼ੀਰਵਾਦ ਲੈਣ ਆਇਆ। ਸਭ ਠੀਕ ਰਹੇ, ਤੰਦਰੁਸਤ ਰਹਿਣ, ਸਭ ਸਾਡੀ ਫੈਮਿਲੀ ਸਹੀ ਰਹੇ। ਸਰ, ਇੱਕ ਨਾ ਕਮੇਡੀਅਨ ਭਾਰਤੀ ਸਿੰਘ ਨੇ ਸਿੱਖਾਂ ਬਾਰੇ ਕੋਈ ਮਾੜੇ ਲੋਕ ਕਿਹਾ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਮੈਂ ਦੇਖਿਆ ਨਹੀਂ ਜੀ, ਬਟ ਮੈਨੂੰ ਸੁਣਨ 'ਚ ਆਇਆ, ਵਿਚ ਇਜ਼ ਨੋਟ ਰਾਈਟ ਥਿੰਗ ਟੂ ਡੂ, ਔਰ ਮੈਨੂੰ ਇਹ ਵੀ ਸੁਣਨ 'ਚ ਆਇਆ ਕਿ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਆ। ਚਲੋ, ਬਾਬਾ ਜੀ ਉਹਨਾਂ ਨੂੰ ਥੋੜ੍ਹੀ ਸਮਝਦਾਰੀ ਦੇਣ, ਔਰ ਜੇ ਸਮਝ ਆ ਗਈ ਤਾਂ ਬਹੁਤ ਵਧੀਆ ਗੱਲ ਆ। ਤੁਹਾਨੂੰ ਨਹੀਂ ਲੱਗਦਾ ਅੱਜ ਦਿਨ ਕਲਾਕਾਰ ਗੁਰੂ ਘਰ ਦੀ ਜਾਂ ਸਿੱਖਾਂ ਪ੍ਰਤੀ ਕੋਈ ਨਾ ਕੋਈ ਮਾੜੀ ਸ਼ਬਦਾਵਲੀ ਬੋਲਦੇ, ਬਾਅਦ 'ਚ ਮਾਫ਼ੀ ਮੰਗ ਕੇ ਕੁਝ ਇਹ ਕੋਈ? ਭਾਅ ਜੀ ਦੇਖੋ, ਮੈਂ ਕਿਸੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਹਰ ਇੱਕ ਦੀ ਆਪਾਂ ਆਪਣੀ ਮੱਤ ਆ, ਹੈ ਨਾ? ਜਿੱਦਣ ਮੈਂ ਕਹੂੰਗਾ ਉੱਦਣ ਮੈਨੂੰ ਖੜਿਓ, ਵੈਸੇ ਰੱਬ ਕਰੇ ਐਸੀ ਮੇਰੀ ਮੱਤ ਵੱਜੇ ਨਾ ਕਿ ਗੁਰੂ ਘਰ ਬਾਰੇ ਜਾਂ ਕਿਸੇ ਬਾਰੇ ਕੁਛ ਕਹਾਂ। ਬਾਬਾ ਜੀ ਮਾਫ਼ ਕਰਨ ਪਹਿਲਾਂ ਹੀ ਸਾਨੂੰ, ਕਦੀ ਚਾਹ ਕੇ ਵੀ ਨਾ ਇੱਦਾਂ ਦਾ ਲਫ਼ਜ਼ ਨਿਕਲੇ ਗੁਰੂ ਘਰ ਲਈ, ਕਿਉਂਕਿ ਕੋਈ ਵੀ ਨਹੀਂ ਚਾਹੁੰਦਾ। ਕਿ ਮੈਂ ਛੋਟੇ ਹੁੰਦੇ, ਮੇਰੀ ਮੰਮਾ ਗੁਰਦਾਸਪੁਰ ਤੋਂ, ਅਸੀਂ ਅੰਮ੍ਰਿਤਸਰ ਤੋਂ ਬੜਾ ਚਾਅ ਰਹਿੰਦਾ ਸੀ ਕਿ ਗੋਲਡਨ ਟੈਂਪਲ ਜਾਣਾ ਹੈ, ਅਤੇ ਅਸੀਂ ਰਿਧੂ ਲਈ ਵੀ ਮੰਨਤ ਮੰਗੀ ਸੀ, ਬਿਕੋਜ ਲੋਕਡਾਊਨ ਸੀ, ਉਸ ਤੋਂ ਬਾਅਦ ਫਿਰ ਰਿਧੂ ਕੁਝ ਜ਼ਿਆਦਾ ਹੀ ਬਿਮਾਰ ਹੋ ਗਿਆ ਸੀ, ਬਟ ਦੈਨ ਹੁਣ ਜਾ ਕੇ ਅਸੀਂ ਆਏ ਹਾਂ ਮੰਨਤ ਪੂਰੀ ਕਰਨ ਕਿ ਚਲੋ ਸਾਡੇ ਰਿਧੂ ਨੂੰ ਠੀਕ ਰੱਖਣ, ਸਾਨੂੰ ਠੀਕ ਰੱਖਣ, ਸਾਡੇ 'ਤੇ ਆਸ਼ੀਰਵਾਦ ਬਣਾਈ ਰੱਖਣ। ਔਰ ਜਿਹੜਾ ਸਵਾਲ ਤੁਸੀਂ ਪੁੱਛ ਰਹੇ ਹੋ, ਮੈਂ ਇਹ ਕਹੂੰਗੀ ਕਿ ਕੋਈ ਵੀ ਜਾਣ ਬੁੱਝ ਕੇ ਨਹੀਂ ਜਾਂਦਾ ਰੱਬ ਲਈ ਗਲਤ ਬੋਲੇ, ਹੈ ਨਾ? ਅਗਰ ਕਿਸੇ ਤੋਂ ਗਲਤੀ ਹੋ ਵੀ ਜਾਂਦੀ ਹੈ ਤਾਂ ਸਾਰੇ ਇਨਸਾਨ ਆ, ਅਗਰ ਰੱਬ ਸਾਰਿਆਂ ਨੂੰ ਮਾਫ਼ ਕਰ ਦਿੰਦਾ, ਅਸੀਂ ਤਾਂ ਇਨਸਾਨ ਫਿਰ ਗੱਲ ਨੂੰ ਕਿਉਂ ਵਧਾਈਏ? ਸੋ ਬੈਟਰ ਹੈ ਅਸੀਂ ਉਸ ਗੱਲ ਨੂੰ ਨਾ ਖੁਰੇਦ ਕੇ ਬਾਰ ਬਾਰ ਨਾ ਕਰਕੇ ਇਹ ਕਹੀਏ ਕਿ ਜਿਨ੍ਹਾਂ ਕੋਲ ਹੋਈ ਆ ਉਹਨਾਂ ਨੇ ਮਾਫ਼ੀ ਮੰਗ ਲਈ, ਅਸੀਂ ਵੀ ਕੁਛ ਨਾ ਬੋਲੀਏ ਉਲਟਾ ਕਿਸੇ ਬਾਰੇ, ਕਿਉਂਕਿ ਅਗਰ ਅਸੀਂ ਉਹਨਾਂ ਲਈ ਚਾਰ ਗੱਲਾਂ ਕਹਿ ਦਾਂਗੇ ਫਿਰ ਤਾਂ ਆਪਾਂ ਵੀ ਬੁਰੇ ਹੀ ਹੋ ਗਏ ਨਾ। ਔਰ ਬਾਬਾ ਜੀ ਉਹਨਾਂ ਨੂੰ ਮੱਤ ਬਖਸ਼ਣ, ਸਭ ਤੋਂ ਜ਼ਰੂਰੀ ਇਹ ਚੀਜ਼ ਆ ਕਿ ਦੇਖੋ ਅਸੀਂ ਸਾਡੇ ਮਾਂ ਪਿਓ ਨੇ ਸ਼ੁਰੂ ਤੋਂ ਸਾਨੂੰ ਇਹ ਸਿਖਾਇਆ ਕਿ ਉਹਦੀ ਮਰਜ਼ੀ ਬਿਨਾਂ ਪੱਤਾ ਵੀ ਨਹੀਂ ਹਿਲਦਾ, ਸੋ ਉਹ ਆਪ ਹੀ ਘਰਾ ਦਿੰਦਾ ਸਾਰਾ ਕੁਛ, ਉਹਨੇ ਆਪ ਹੀ ਦੇਖ ਲੈਣਾ ਸਭ ਕੁਝ ਇੱਥੇ ਹੀ ਆ।